ਪਿੰਡ ਕੁੰਬੜਾ ਸੈਕਟਰ 68 ਮੋਹਾਲੀ ਵਿਖੇ ਉਸ ਵੇਲੇ ਭਾਰੀ ਹੰਗਾਮਾ ਹੋਇਆ ਜਦ ਪਿੰਡ ਦੇ ਲੋਕਾਂ ਦੀ ਨਗਰ ਨਿਗਮ ਅਧਿਕਾਰੀਆਂ ਅਤੇ ਪਿੰਡ ਦੇ ਕਿਸੇ ਵੀ MC ਨੇ ਨਾ ਸੁਣੀ। ਪਿੰਡ ਵਿੱਚ ਨਾਈਆਂ ਵਾਲੇ ਮੁਹੱਲੇ ਨੇੜੇ ਨਗਰ ਖੇੜਾ ਵਿੱਚ ਜੱਗੀ ਮਾਣਕਪੁਰ ਕਲਰ ਵਾਲੇ ਦੀ 6 ਮੰਜ਼ਿਲਾ ਬਸੰਤੀ ਕੰਪਲੈਕਸ PG ਤੋਂ ਮੁਹੱਲਾ ਨਿਵਾਸੀ ਬਹੁਤ ਪਰੇਸ਼ਾਨ ਹੋ ਰਹੇ ਹਨ। ਪਹਿਲਾਂ ਤਾਂ PG ਮਾਲਕ ਨੂੰ ਨਜਾਇਜ਼ ਉਸਾਰੀ ਕਰਨ ਤੋਂ ਰੋਕਿਆ ਗਿਆ, ਪਰ ਉਹ ਨਹੀਂ ਰੁਕਿਆ। ਉਸਨੇ ਉੱਚੀ ਇਮਾਰਤ ਬਣਾ ਕੇ ਇਮਾਰਤ ਦੇ ਨਾਲ ਲੱਗਦੇ 3-4 ਘਰਾਂ ਨੂੰ ਤਬਾਹ ਕਰ ਦਿੱਤਾ। ਜਦੋਂ ਮੁਹੱਲੇ ਵਾਲੇ ਉਸਦੇ ਖਿਲਾਫ਼ ਦਰਖਾਸਤ ਦੇਣ ਲੱਗੇ ਤਾਂ ਉਸਨੇ 2-3 ਘਰਾਂ ਦੀ ਰਿਪੇਅਰ ਕਰਵਾਈ, ਪਰ ਉਸ ਵੇਲੇ ਹੱਦ ਹੋ ਗਈ ਜਦੋਂ ਮਕਾਨ ਮਾਲਕ ਨੇ ਰਾਤ ਵੇਲੇ ਆਪਣੇ PG ਉੱਤੇ ਕਿਸੇ ਮੋਬਾਈਲ ਕੰਪਨੀ ਦਾ ਟਾਵਰ ਲਗਾਉਣ ਦਾ ਕੰਮ ਸ਼ੁਰੂ ਕਰ ਦਿੱਤਾ। ਮੋਹਾਲੀ ਵਾਸੀਆਂ ਨੇ ਲੇਬਰ ਨੂੰ ਟਾਵਰ ਲਗਾਉਣ ਤੋਂ ਰੋਕਿਆ, ਪਰ ਨਾ ਰੁਕਣ 'ਤੇ ਥਾਣਾ ਫੇਸ 8 ਦੀ ਪੁਲਿਸ ਨੂੰ ਬੁਲਾਉਣਾ ਪਿਆ। ਪੁਲਿਸ ਨੇ ਆ ਕੇ ਚੱਲਦਾ ਕੰਮ ਰੁਕਵਾਇਆ। ਜਾਣਕਾਰੀ ਦਿੰਦਿਆਂ ਅਤਿਆਚਾਰ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਪੰਜਾਬ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਬੜਾ, ਬਹੁਤ ਹੀ ਸਤਿਕਾਰਯੋਗ ਸਾਰੇ ਪ੍ਰੈਸ ਵਾਲੇ ਵੀਰ, ਤੁਹਾਡੇ ਰਾਹੀਂ ਜਿਹੜੀ ਹੈ ਪਿੰਡ ਕੁੰਬੜਾ ਦੀ ਅੱਜ ਆਵਾਜ਼ ਸੈਕਟਰ 68 ਦੀ ਜਿਹੜੀ ਤੁਹਾਡੇ ਰਾਹੀਂ ਸਰਕਾਰ ਦੇ ਕੰਨਾਂ ਤੱਕ ਪਾਉਣ ਵਾਸਤੇ ਅਤੇ ਨਗਰ ਨਿਗਮ ਮੋਹਾਲੀ ਦੇ ਜਿਹੜੇ ਉੱਚ ਅਧਿਕਾਰੀ ਹੈ ਉਹਨਾਂ ਤੱਕ ਪਹੁੰਚਾਉਣ ਵਾਸਤੇ ਤੁਹਾਡਾ ਸਹਿਯੋਗ ਦੀ ਲੋੜ ਹੈ। ਅਤੇ ਅੱਜ ਜਿਹੜੀ ਕੁੰਬੜਾ ਪਿੰਡ 'ਚ ਨਾਈਆਂ ਵਾਲਾ ਮੁਹੱਲਾ ਸਾਹਿਬ ਖੇੜੇ ਦੇ ਨੇੜੇ, ਖੇੜਾ ਨਗਰ ਖੇੜੇ ਦੇ ਨੇੜੇ ਇੱਕ PG ਬਣੀ ਹੋਈ ਹੈ, ਅਤੇ ਉਹਦੇ PG ਦੇ ਜਿਹੜਾ ਮਾਲਕ ਹੈ ਮਾਣਕਪੁਰ ਕਲਰ ਤੋਂ ਜੱਗੀ ਨਾਂ ਦਾ ਮੁੰਡਾ ਹੈਗਾ, ਅਤੇ ਉਹਦਾ ਜਿਹੜੀ ਹੈ 6 ਮੰਜ਼ਿਲਾਂ ਪਹਿਲਾਂ ਬਿਲਡਿੰਗ ਬਣ ਗਈ, 7ਵੀਂ ਮੰਜ਼ਿਲ 'ਤੇ ਸ਼ਾਇਦ ਉਹਨਾਂ ਨੇ ਮੋਮਟੀ ਬਣਾਈ ਵੀ ਹੈ, ਅਤੇ ਉੱਤੇ ਹਲੇ ਟਾਵਰ ਜਿਹੜਾ ਲਾ ਰਿਹਾ ਕਿਸੇ ਕੰਪਨੀ ਦਾ, ਜਿਹੜਾ ਟਾਵਰ ਲਾਉਣ ਜਾ ਰਿਹਾ ਹੈਗਾ ਵੀ ਕਿਸੇ ਮੋਬਾਈਲ ਤੋਂ ਕੰਪਨੀ ਦਾ, ਅਤੇ ਜਦੋਂ ਮੁਹੱਲਾ ਵਾਸੀਆਂ ਨੇ ਉਹਦਾ ਵਿਰੋਧ ਕੀਤਾ ਕੱਲ੍ਹ, ਤਾਂ ਉਹ ਜਿਹੜਾ ਮੁਹੱਲਾ ਵਾਸੀਆਂ ਨੇ ਵਿਰੋਧ ਕਰਨ ਤੋਂ ਵੀ ਬੰਦਾ ਨਾ ਹਟਿਆ ਅਤੇ ਨਾ ਉਹਦੀ ਲੇਬਰ ਹਟੀ। ਰਾਤ ਮੁਹੱਲਾ ਵਾਸੀਆਂ ਨੂੰ 8:30-9 ਵਜੇ ਥਾਣਾ ਫੇਸ 8 ਦੀ ਪੁਲਿਸ ਨੂੰ ਬੁਲਾਉਣਾ ਪਿਆ। ਮੈਂ ਵੀ SHO ਦੇ ਧਿਆਨ 'ਚ ਜਿਹੜਾ 10 ਵਜੇ ਰਾਤ ਕੇਸ ਲਿਆ ਵੀ ਇਹ ਨਾ ਹੋਵੇ ਕਿ ਲੜਾਈ ਝਗੜਾ ਹੋ ਜਾਵੇ, ਪਬਲਿਕ ਜਿਹੜੀ ਹੈ ਲੋਕ ਪਰੇਸ਼ਾਨ ਹੋ ਰਹੇ ਇਕੱਠੇ ਹੋਏ ਵੇ, ਉਹ ਬੰਦਾ ਜ਼ਬਰਦਸਤੀ ਟਾਵਰ ਲਾ ਰਿਹਾ। ਪਹਿਲਾਂ ਤਾਂ ਜਿਹੜੀਆਂ ਬਣੀਆਂ ਬਹੁਮੰਜ਼ਿਲਾ ਇਮਾਰਤਾਂ ਇਹੀ ਜਿਹੜੀਆਂ ਅਨਲੀਗਲ ਹੈ, ਗਲਤ ਹੈ, ਗੈਰ ਕਾਨੂੰਨੀ ਹੈ, ਜਿਹਦੇ 'ਚ ਇੱਕ ਕੇਸ ਵੀ ਜਿਹੜੀਆਂ ਗੈਰ ਕਾਨੂੰਨੀ ਇਮਾਰਤਾਂ ਨੇ ਇੱਕ ਬਲੌਂਗੀ 'ਤੇ ਸ਼ਾਇਦ ਕੇਸ ਪਾਇਆ ਜਿਹਦਾ ਹਾਈ ਕੋਰਟ 'ਚ ਕੇਸ ਵੀ ਹੈ, ਅਤੇ ਹਾਈ ਕੋਰਟ 'ਚ ਜਿਹੜਾ ਨੋਟਿਸ ਪੁੱਡਾ ਨੂੰ ਅਤੇ ਨਗਰ ਨਿਗਮ ਕਮਿਸ਼ਨਰ ਨੂੰ ਵੀ ਹੋ ਗਿਆ, ਅਤੇ ਆਹ ਜਿਹੜੀਆਂ ਆਰਡਰਾਂ ਦੀਆਂ ਕਾਪੀਆਂ ਵੀ ਮੇਰੇ ਕੋਲ ਨੇ, ਮੈਂ ਤੁਹਾਨੂੰ ਦੇ ਰਿਹਾ, ਅਤੇ ਕੱਲ੍ਹ ਇੱਕ ਦੋ ਖਬਰ ਕਿਤੇ ਲੱਗੀ ਹੈ ਉਹਦੀ ਵੀ ਸਾਰੀ ਡਿਟੇਲ ਹੈਗੀ, ਤਾਂ ਕਿ ਜਿਹੜੇ ਲੋਕ ਹੈ ਬਹੁਤ ਪਰੇਸ਼ਾਨ ਹੋਏ ਵੇ ਜਿਨ੍ਹਾਂ ਦੇ ਮਕਾਨਾਂ 'ਚ ਨਾਲ ਤਰੇੜਾਂ ਆ ਰਹੀਆਂ, ਦਰਜਾ ਆ ਰਹੀਆਂ ਨੇ। ਪਹਿਲਾਂ ਤਾਂ ਜਿਹੜੀਆਂ ਬਹੁ ਮੰਜ਼ਿਲੀਆਂ ਇਮਾਰਤਾਂ 7-7, 8-8 ਮੰਜ਼ਿਲਾਂ ਇਮਾਰਤਾਂ ਗੀਆਂ ਉਹ ਗੈਰ ਕਾਨੂੰਨੀ ਨੇ, ਅਤੇ ਦੂਜੀਆਂ ਜਿਹੜੇ ਮਾਲਕ ਹੈਗੇ ਬਾਹਰ ਤੋਂ ਆ ਕੇ ਜਿਹੜੇ ਪਿੰਡ ਦੇ ਲੋਕਲ ਲੋਕ ਹੈ ਜਿਹੜੇ ਇੱਥੇ ਰਹਿਣ ਵਾਲੇ ਹੈ ਮੌਜੂਦਾ ਗਰੀਬ ਲੋਕ ਨੇ, ਉਹ ਬਹੁਤ ਤੰਗ ਪਰੇਸ਼ਾਨ ਹੋਏ ਨੇ, ਜਿਨ੍ਹਾਂ ਦੇ ਮਕਾਨਾਂ 'ਚ ਬਹੁਤ ਸਾਰਾ ਨੁਕਸਾਨ ਹੋਇਆ, ਅਤੇ ਮਕਾਨ ਮਾਲਕ ਕੋਈ ਭਰਪਾਈ ਜਿਹੜਾ ਉਹਨਾਂ ਦੀ ਕਰਨ ਨੂੰ ਤਿਆਰ ਨਹੀਂ, ਅਤੇ ਪ੍ਰਸ਼ਾਸਨ ਸੁਣਨ ਨੂੰ ਤਿਆਰ ਨਹੀਂ। ਅਤੇ ਮੈਂ ਵੀ ਪਹਿਲਾਂ ਨਗਰ ਨਿਗਮ ਮੋਹਾਲੀ ਕੋਲ ਬਹੁਤ ਸਾਰੀਆਂ ਦਰਖਾਸਤਾਂ ਦਈਆਂ ਵੀ ਜਿਹੜੀਆਂ ਗੈਰ ਕਾਨੂੰਨੀ ਇਮਾਰਤਾਂ ਬਣ ਰਹੀਆਂ ਉਹਨਾਂ ਨੂੰ ਰੋਕਿਆ ਜਾਵੇ, ਪਰ ਜਿਹੜੇ ਭ੍ਰਿਸ਼ਟਾਚਾਰ ਅਫਸਰ ਜਿਹੜੇ SDO ਹੋਣ, ਐਕਸ਼ਨ ਹੋਣ, ਜਾਂ ਬਿਲਡਿੰਗ ਇੰਸਪੈਕਟਰ ਹੁਣ, ਉਹ ਮੋਟੀਆਂ ਰਕਮਾਂ ਲੈ ਕੇ ਇਹਨਾਂ ਤੋਂ ਜਿਹੜੀਆਂ ਗੈਰ ਕਾਨੂੰਨੀ ਇਮਾਰਤਾਂ ਬਣਾ ਦਿੰਦੇ, ਅਤੇ ਅੱਜ ਉਹਨਾਂ ਨੂੰ ਜਿਹੜੀ ਹੈਗੀ ਆਹ ਹਾਈ ਕੋਰਟ 'ਚ ਜਿਹੜਾ ਅਸੀਂ ਦੇਖ ਰਹੇ ਹਾਂ, ਆਪਣਾ ਵੀ ਰਿਕਾਰਡ ਪੇਸ਼ ਕਰਾਂਗੇ, ਅਤੇ ਸ਼ਾਇਦ ਅਸੀਂ ਵਿੱਚ ਪਾਰਟੀ ਬਣਨ ਦਾ ਵੀ ਅਸੀਂ ਐਪਲੀਕੇਸ਼ਨ ਲਾ ਦਈਏ, ਉਹ ਵੀ ਅਸੀਂ ਵਿਚਾਰ ਕੀਤਾ ਰਾਤ ਵੀ ਅਸੀਂ ਪਾਰਟੀ ਬਣ ਜਾਈਏ, ਤਾਂ ਕਿ ਸਾਡੇ ਕੋਲ ਬਹੁਤ ਸਾਰਾ ਰਿਕਾਰਡ ਨਗਰ ਨਿਗਮ ਮੋਹਾਲੀ ਦਾ ਪਿਆ ਜਿਹਦੇ 'ਚ ਕੋਈ ਵੀ ਰਿਪਲਾਈ RTI ਤੱਕ ਨਹੀਂ ਦਿੰਦੇ, ਕਿਸੇ ਤਰ੍ਹਾਂ ਉਹ ਰਿਪਲਾਈ ਨਹੀਂ ਦਿੰਦੇ, ਜਵਾਬ ਦੇਣ ਨੂੰ ਤਿਆਰ ਨਹੀਂ, ਸਾਰਾ ਬੁਲੰਦਾਜ਼ ਸੰਦ ਤੁਹਾਡੇ ਸਾਹਮਣੇ। ਅਤੇ ਇਹ ਪਿੰਡ ਵਾਸੀਆਂ ਦੀ ਮੰਗ ਹੈ, ਜੇਕਰ ਇਹ ਟਾਵਰ ਇਹਨੇ ਦਾ ਕੀ ਕਰਨਾ ਸੀ, ਜੇ ਕੋਈ ਹੋਰ ਵੀ PG ਮਾਲਕ ਟਾਵਰ ਲਾਉਣ ਦੀ ਗੱਲ ਕਰੇਗਾ ਤਾਂ ਉਹਦੇ ਖਿਲਾਫ਼ ਜਿਹੜਾ ਪੂਰਾ ਜ਼ੋਰ ਦਾ ਵਿਰੋਧ ਹੋਊਗਾ, ਅਤੇ ਪੁਲਿਸ ਪ੍ਰਸ਼ਾਸਨ ਨੂੰ ਵੀ ਅਪੀਲ ਹੈ ਅਤੇ ਨਗਰ ਨਿਗਮ ਮੋਹਾਲੀ ਕਮਿਸ਼ਨਰ ਨੂੰ ਵੀ ਅਪੀਲ ਹੈ, ਇਹਨਾਂ ਦੇ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰੇ ਤਾਂ ਕਿ ਮੁਹੱਲਾ ਵਾਸੀਆਂ ਦੀ ਸੁਣਵਾਈ ਹੋਣੀ ਚਾਹੀਦੀ।
ਦੇਖੋ ਜੀ, ਅਸੀਂ ਪਿਆਰ ਨਾਲ ਕਹਿੰਦੇ ਹਾਂ ਵੀ ਇਹ ਉਹਨਾਂ ਨੂੰ ਵੀ ਪਤਾ ਵੀ ਇਹ ਕਿੰਨਾ ਸਾਡੇ ਲਈ ਹਾਰਮਫੁੱਲ ਹੈ ਔਰ ਕਿੰਨਾ ਲਾਭਦਾਇਕ ਹੈ, ਹੈ ਨਾ। ਦੇਖੋ ਬੱਚੇ ਆ, ਆਉਣ ਵਾਲੀ ਜਨਰੇਸ਼ਨ ਹੈ, ਉਹਨਾਂ ਨੂੰ ਇਹ 'ਚੋਂ ਜਿਹੜੀ ਰੇਡੀਏਸ਼ਨ ਨਿਕਲਦੀ ਹੈ ਉਹਦੇ ਕਿੰਨਾ ਇਫੈਕਟ ਪੈਂਦਾ। ਪੜ੍ਹੇ ਲਿਖੇ ਨੇ ਜੀ, ਪੀਜੀਆਂ ਵਾਲੇ ਵੀ ਸਭ, ਉਹਨਾਂ ਨੂੰ ਪਤਾ। ਅਸੀਂ ਇਹੀ ਉਹਨਾਂ ਨੂੰ ਰਿਕੁਐਸਟ ਕਰਦੇ ਹਾਂ ਵੀ ਕਿਰਪਾ ਕਰਕੇ ਤੁਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਵੀ ਇਹ ਨਾਲ ਆਓ। ਪਹਿਲੀ ਗੱਲ ਤਾਂ ਮੁਹੱਲੇ 'ਚ ਲਾ ਨਹੀਂ ਸਕਦੇ ਜੀ ਜਿੱਥੇ ਰਿਹਾਇਸ਼ੀ ਲੱਗਦਾ, ਠੀਕ ਹੈ। ਉਹ ਹੁਣ ਉਹਨਾਂ ਨੂੰ ਅਸੀਂ ਗੱਲ ਕਰੀਏ, ਉਹ ਕਹਿੰਦੇ ਜੇ ਇੱਥੇ ਨਹੀਂ ਲੱਗਿਆ ਕਿਤੇ ਹੋਰ ਲੱਗੂ। ਅਸੀਂ ਇਹੀ ਚਾਹੁੰਦੇ ਹਾਂ, ਸਾਡੀ ਰਿਕੁਐਸਟ ਤੁਹਾਡੇ ਥਰੂ ਇਹੀ ਹੈ ਵੀ ਸਾਡੇ ਪਿੰਡ 'ਚ ਨਹੀਂ ਪੀ ਜੀ ਲੱਗਣਾ ਚਾਹੀਦਾ, ਆਹ ਲੱਗਣਾ ਚਾਹੀਦਾ ਟਾਵਰ ਜੀ, ਕੋਈ ਵੀ ਹੈ, ਰਿਹਾਇਸ਼ੀ ਇਲਾਕਾ ਹੈ। ਇੱਕ ਤਾਂ ਪੀਜੀਆਂ ਇੰਨੀਆਂ ਨੇ ਬਣੀਆਂ ਵੀ ਨੇ, ਹਵਾ ਵੈਸੇ ਨਹੀਂ ਕਰੋਸ ਨਹੀਂ। ਮੈਨੂੰ ਪਰਸੋਂ ਦੀ, ਮੈਂ ਬਿਮਾਰ ਹਾਂ, ਮੈਨੂੰ ਸਾਹ ਦੀ ਇੰਨੀ ਪ੍ਰੋਬਲਮ ਹੋਈ ਹੈ ਔਰ ਮੇਰਾ ਬੀਪੀ ਇੰਨਾ ਘੱਟਦਾ ਵੱਧਦਾ, ਪਰ ਫਿਰ ਵੀ ਮੈਨੂੰ ਜੇ ਅੱਜ ਮੈਂ ਇਹਨਾਂ ਨਾਲ ਖੜੀ ਹਾਂ ਤਾਂ ਮੈਨੂੰ ਵੀ ਕੱਲ੍ਹ ਮੇਰੇ ਦੇ ਕੋਲ ਵੀ ਪੀਜੀਆਂ ਨੇ, ਉੱਥੇ ਵੀ ਲੱਗ ਸਕਦਾ। ਤਾਂ ਅਸੀਂ ਸਾਰੇ ਇਕੱਠੇ ਹੋ ਕੇ ਇਹੀ ਅਪੀਲ ਕਰਦੇ ਹਾਂ ਵੀ ਕਿਰਪਾ ਕਰਕੇ ਤੁਸੀਂ ਹੱਥ ਜੋੜ ਕੇ ਬੇਨਤੀ ਹੈ ਵੀ ਤੁਸੀਂ ਪਿੰਡ ਦੇ ਵਿੱਚ ਰਿਹਾਇਸ਼ੀ ਇਲਾਕਿਆਂ 'ਚ ਤਾਂ ਬਿਲਕੁਲ ਨਾ ਲਾਓ। ਗੌਰਮੈਂਟ ਨੂੰ ਵੀ ਅਸੀਂ ਇਹ ਕਹਿੰਦੇ, ਸਰਕਾਰ ਨੂੰ ਵੀ ਤੁਸੀਂ ਬਾਹਰ ਜਿੱਥੇ ਮਰਜ਼ੀ ਲਾ ਲਓ ਵੀ, ਪਰ ਸਾਡੇ ਪਿੰਡ 'ਚ, ਸਾਡੇ ਲਾਗ ਪਾਸ ਕਿਤੇ ਨਹੀਂ ਪੀਜੀ 'ਚ ਅਸੀਂ ਲੱਗਣ। ਦੇਖਣ 'ਚ ਆਇਆ ਜੀ ਪਿੰਡ ਪਿੰਡ 'ਚ ਪੀਜੀ ਪਾਉਂਦੇ, ਚਾਹੇ ਬਲੋਕ ਦੀ ਅਤੇ ਸ਼ਾਹੀ, ਮਤਲਬ ਉਹਨਾਂ ਦੀ ਲੈਂਡਲੋਡ ਆਪ ਖੁਦ ਬਾਹਰ ਰਹਿੰਦੇ ਆ। ਇਹ ਤਾਂ ਜੀ ਸਰਕਾਰ ਕਰ ਸਕਦੀ ਹੈ, ਅਸੀਂ ਕੀ ਕਰ ਸਕਦੇ ਹਾਂ? ਅਸੀਂ ਤੁਹਾਡੇ ਥਰੂ ਰਿਕੁਐਸਟ ਕਰ ਸਕਦੇ ਹਾਂ, ਧਰਨਾ ਲਾ ਸਕਦੇ ਹਾਂ, ਇੱਦਾਂ ਉੱਪਰ ਕੁਛ ਨਹੀਂ ਹੈ। ਤਾਂ ਸਰਕਾਰ ਨੂੰ ਚਾਹੀਦਾ, ਦੇਖੋ 2008 ਤੋਂ ਬਾਅਦ ਕਾਰਪੋਰੇਸ਼ਨ 'ਚ ਆਇਆ ਪਿੰਡ, ਕਾਰਪੋਰੇਸ਼ਨ ਵਾਲਾ ਇੱਕ ਵੀ ਰੂਲ ਔਰ ਰੈਗੂਲੇਸ਼ਨ ਇਸ ਪਿੰਡ 'ਚ ਤੁਸੀਂ ਦਿਖਾ ਦਿਓ ਵੀ ਹੈ। ਬਿਲਡਿੰਗਾਂ ਬਣ ਰਹੀਆਂ ਨੇ, ਕੋਈ ਨਾਲੀਆਂ ਦਾ ਉਹ ਨਹੀਂ ਹੈ, ਕੋਈ ਸਫਾਈ ਦਾ ਉਹ ਨਹੀਂ ਹੈ। ਤੁਸੀਂ ਆ ਕੇ ਦੇਖਦੇ ਬਿਜਲੀ ਦਾ ਬੁਰਾ ਹਾਲ ਹੈ, ਤਾਰਾਂ ਦਾ ਬੁਰਾ ਹਾਲ ਹੈ, ਜਿਹੜੇ ਪੀਜੀਆਂ ਵਾਲੇ ਨੇ। ਹੁਣ ਗਰਮੀ ਆ ਗਈ, ਕੱਟ ਲੱਗਣੇ ਸ਼ੁਰੂ ਹੋ ਜਾਣੇ, ਪੀਜੀਆਂ 'ਚ ਏ ਸੀ ਲੱਗੇ ਹੋਏ ਨੇ, ਬਿਜਲੀ ਦਾ ਲੋਡ ਜ਼ਿਆਦਾ, ਲੋਡ ਉਹ ਵਧਾਉਂਦੇ ਨਹੀਂ ਪੀਜੀਆਂ ਵਾਲੇ, ਉਹੀ ਮੀਟਰਾਂ 'ਤੇ ਉਹਨਾਂ ਦੇ ਲਾਈਟ ਚੱਲਦੀ। ਜਿਹਦਾ ਹਰਜ਼ਾਨਾ ਸਾਨੂੰ, ਜਿਹੜੇ ਇੱਥੇ ਅਸੀਂ ਪੱਕੇ ਆਪਣੇ ਰਿਹਾਇਸ਼ੀ ਬੰਦੇ ਹਾਂ, ਇੱਥੇ ਦੇ ਬੰਦੇ ਹਾਂ, ਸਾਨੂੰ ਕੁਝ ਪਤਾ ਲੱਗਦਾ।